ਜਿਵੇਂ ਪਿਛਲੇ 26 ਨਵੰਬਰ 2020 ਨੂੰ ਇੱਥੇ ਕਿਸਾਨ ਪੂਰੇ ਜੋਸ਼ ਨਾਲ ਆਏ ਸੀ, ਅੱਜ ਵੀ ਉਵੇਂ ਆ ਰਹੇ। ਜਿਹੜੇ ਵੱਡੇ ਕਾਫਲੇ ਨੇ, ਮਤਲਬ ਕਿ ਟਰਾਲੀਆਂ ਨੇ, ਹਰ ਪਿੰਡ ਦੀਆਂ ਚਾਰ ਚਾਰ ਪੰਜ ਪੰਜ ਟਰਾਲੀਆਂ ਨੇ ਜਿਹੜੀਆਂ ਭਰ ਭਰ ਕੇ ਉਰੇ ਆ ਰਹੀਆਂ ਨੇ। ਇਹ ਪੰਜਾਬ ਦੇ ਵਿੱਚ 1.5 ਸਾਲ ਦੇ ਮੋਰਚੇ ਲੱਗੇ ਹੋਣ, ਚਾਹੇ ਦਿੱਲੀ ਦੀਆਂ ਬਰੂਹਾਂ 'ਤੇ ਹੋਣ, ਤਾਂ ਇਹ ਭੈਣਾਂ ਨੇ, ਬਹਾਦਰ ਮਾਵਾਂ ਨੇ ਇਸ ਮੋਰਚਿਆਂ 'ਚ ਡਟ ਕੇ ਗਵਾਹੀ ਕੀਤੀ ਆ। ਜਿਵੇਂ ਦੇ ਹਾਲਾਤ ਲੰਘੇ, 1 ਸਾਲ ਦਾ ਸਮਾਂ ਲੰਘਿਆ, ਉਤਰਾਅ ਚੜ੍ਹਾਅ ਬਹੁਤ ਆਏ ਨੇ। ਜਿਹੜੀ ਦਿੱਕਤ ਸਾਨੂੰ ਉਰੇ, ਨਾ ਕੋਈ ਖਾਣ ਦੀ ਆਈ ਹੈ ਅਤੇ ਨਾ ਸਾਨੂੰ ਪੈਣ ਦੀ ਆਈ ਹੈ। ਕਿਉਂਕਿ ਜੇ ਤਾਂ ਅਸੀਂ ਕਾਰਪੋਰੇਟ ਘਰਾਣਿਆਂ ਦੀਆਂ ਔਰਤਾਂ ਹੁੰਦੀਆਂ, ਫਿਰ ਸਾਨੂੰ ਔਖਾ ਲੱਗਣਾ ਸੀ। ਜਿਹਨੇ ਕਿ ਹੌਸਲੇ ਬੁਲੰਦ ਪਹਿਲਾਂ ਵੀ ਸੀ ਅਤੇ ਹੌਸਲੇ ਬੁਲੰਦ ਹੁਣ ਵੀ ਨੇ, ਉਸ ਤੋਂ ਵੀ ਜ਼ਿਆਦਾ ਹੋ ਗਏ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਅਮਨਦੀਪ ਸਿੰਘ ਮਾਝਾ। ਟਿੱਕਰੀ ਬਾਰਡਰ ਤੇ ਅਸੀਂ ਮੌਜੂਦ ਹਾਂ। ਟਿੱਕਰੀ ਬਾਰਡਰ ਤੇ 26 ਨਵੰਬਰ ਦੀਆਂ ਤਸਵੀਰਾਂ ਲਗਾਤਾਰ ਦਿਖਾ ਰਿਹਾ ਕਿ 26 ਨਵੰਬਰ ਨੂੰ ਪੂਰਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਣ, ਕਿਉਂਕਿ 32 ਜਥੇਬੰਦੀਆਂ ਵੱਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਹਾ ਸੀ ਕਿ ਜਿੱਥੇ ਵੀ ਬਾਰਡਰਾਂ ਤੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ, ਪੂਰਾ ਵੱਡਾ ਇਕੱਠ ਹੋਣਾ। ਸੋ ਅਸੀਂ ਟਿੱਕਰੀ ਬਾਰਡਰ, ਜੋ ਪਕੌੜਾ ਚੌਂਕ 'ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸਟੇਜ ਆ, ਉੱਥੇ ਪਹੁੰਚੇ ਹੋਏ ਹਾਂ, ਗੱਲਬਾਤ ਵੀ ਕਰਾਂਗੇ। ਵੱਡੀ ਸਟੇਜ ਇੱਥੇ ਸੰਬੋਧਨ ਕਰ ਰਹੇ ਨੇ ਆਗੂ ਅਤੇ ਲਗਾਤਾਰ ਪ੍ਰਦਰਸ਼ਨ ਚੱਲ ਰਹੇ ਨੇ। ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਂਦੇ ਹਾਂ ਕਿ ਸਟੇਜ ਚੱਲਣ ਦੀ ਤਿਆਰੀ ਆ ਅਤੇ ਉਸ ਤੋਂ ਬਾਅਦ ਸਟੇਜ ਸ਼ੁਰੂ ਹੋਣੀ ਆ ਅਤੇ ਸਟੇਜ ਨੂੰ ਸੰਬੋਧਨ ਕਰਨਗੇ। ਬਾਕੀ ਵੱਡੀ ਗਿਣਤੀ ਵਿੱਚ ਕਿਸਾਨ ਔਰਤਾਂ, ਕਿਸਾਨ ਆਗੂ ਇੱਥੇ ਪਹੁੰਚ ਰਹੇ ਨੇ, ਕਿਉਂਕਿ ਟਰਾਲੀਆਂ ਦੇ ਟਰਾਲੀਆਂ ਟ੍ਰੇਨਾਂ ਭਰ ਕੇ ਆਈਆਂ ਇੱਥੇ। ਇੱਥੇ ਜੇ ਗੱਲਬਾਤ ਕਰੀਏ ਤਾਂ ਆਪਣੇ ਵਹੀਕਲਾਂ 'ਚ ਪੂਰੇ ਜੋਸ਼ ਨਾਲ ਕਿਸਾਨ ਇੱਥੇ ਪਹੁੰਚੇ ਨੇ। ਸੋ ਜ਼ਿਲ੍ਹਾ ਪਟਿਆਲਾ ਦੀ ਟੀਮ ਆ ਔਰਤਾਂ ਦੀ ਸਾਡੇ ਨਾਲ, ਬਰਾਸ ਜੀ ਮੌਜੂਦ ਨੇ, ਗੁਰਪ੍ਰੀਤ ਬਰਾਸ ਜੀ। ਕਿਵੇਂ ਲੱਗਦਾ ਬਰਾਸ ਜੀ, ਕਿੰਨਾ ਕੀ ਇਕੱਠ ਅੱਜ ਇੱਥੇ ਹੋਇਆ, ਕਿੰਨਾ ਕੁ ਹੋਣ ਵਾਲਾ? ਜਿਹੜਾ ਇਕੱਠ ਹੈ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਹੋਣਾ ਹੈ। ਸਾਨੂੰ ਲੱਗਦਾ ਵੀ ਜਿਹੜਾ ਪੰਡਾਲ ਹੈ ਤਾਂ ਛੋਟਾ ਰਹਿ ਜਾਣਾ, ਕਿਉਂਕਿ ਕਾਫਲੇ ਸਾਡੇ 24 ਤਰੀਕ ਦੇ ਚੱਲੇ ਹੋਏ ਨੇ, ਅੱਜ ਵੀ ਬਹੁਤ ਆ ਰਹੇ ਨੇ, ਕੱਲ੍ਹ ਵੀ ਆਏ ਨੇ, ਕਿਉਂਕਿ ਔਰਤ ਮਾਵਾਂ ਭੈਣਾਂ ਬਹੁਤ ਜ਼ਿਆਦਾ ਇਸ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਇਸ ਮੋਦੀ ਸਰਕਾਰ 'ਤੇ ਦਬਾਅ ਪਾਉਣ ਦੇ ਵਾਸਤੇ। ਕਿਉਂਕਿ ਇਹ ਗ੍ਰਾਹ ਸਾਹਿਬ ਦਾ ਸ਼ੁਰੂ ਤੋਂ ਹੀ ਰਿਹਾ ਵੀ ਜਿਹੜਾ ਔਰਤ ਭੈਣਾਂ ਦਾ ਲੜ ਹੈ ਇਹ ਬਰਾਬਰ ਹੋਣਾ ਚਾਹੀਦਾ ਹੈ, ਤਾਂ ਜਦੋਂ ਹੁਣ ਜਿੱਤ ਦਾ ਐਲਾਨ ਹੋਇਆ ਤਾਂ ਗ੍ਰਾਹ ਸਾਹਿਬ ਨੇ ਇਹ ਵੀ ਔਰਤ ਭੈਣਾਂ ਦੇ ਸਿਰ ਹੀ ਬੰਨਿਆ ਸ਼ੇਰਾ, ਕਿਉਂਕਿ ਵੀ ਜਿਹੜੀਆਂ ਭੈਣਾਂ ਘਰ ਤੱਕ ਰੋਟੀ ਤੱਕ ਸੀਮਤ ਸੀ, ਤਾਂ ਉਹ ਚਾਹੇ ਪੰਜਾਬ ਦੇ ਵਿੱਚ 1.5 ਸਾਲ ਦੇ ਮੋਰਚੇ ਲੱਗੇ ਹੋਣ, ਚਾਹੇ ਦਿੱਲੀ ਦੀਆਂ ਬਰੂਹਾਂ 'ਤੇ ਹੋਣ, ਤਾਂ ਇਹ ਭੈਣਾਂ ਨੇ, ਬਹਾਦਰ ਮਾਵਾਂ ਨੇ ਇਸ ਮੋਰਚਿਆਂ 'ਚ ਡਟ ਕੇ ਗਵਾਹੀ ਕੀਤੀ ਆ। ਬਿਲਕੁਲ, ਜਾਨੀ ਕਿ ਖੁਸ਼ੀ ਮਹਿਸੂਸ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜਦੋਂ ਐਲਾਨ ਕੀਤਾ, ਉਹਨਾਂ ਨੇ ਕਿੰਨੀ ਕੁ ਖੁਸ਼ੀ ਮਹਿਸੂਸ? ਜਦੋਂ ਐਲਾਨ ਹੋਇਆ ਅਸੀਂ ਤਾਂ ਉਸ ਦਿਨ ਹੀ ਜਸ਼ਨ ਮਨਾਉਣੇ ਸ਼ੁਰੂ ਕੀਤੇ ਨੇ ਵੱਖ ਵੱਖ ਪਿੰਡਾਂ ਦੇ ਵਿੱਚ। ਜਦੋਂ ਅਸੀਂ ਇੱਥੇ ਲਿਖਤੀ ਰੂਪ ਦੇ ਵਿੱਚ ਲੈ ਕੇ ਜਾਣੇ ਨੇ, ਆਪਦੇ ਕਾਨੂੰਨ ਰੱਦ ਕਰਵਾ ਕੇ ਲਿਖਤੀ ਰੂਪ ਲੈ ਕੇ ਜਾਣਾ, ਉਦੋਂ ਤਾਂ ਲੱਗਦਾ ਵੀ ਢੋਲ ਢਮੱਕੇ ਵੱਜਦੇ ਹੀ ਪੰਜਾਬ ਨੂੰ ਵਾਪਸ ਹੋਣਾ। ਬਿਲਕੁਲ, ਜੇ ਗੱਲਬਾਤ ਕਰੀਏ ਹਾਲਾਤ, ਕਿਵੇਂ ਦੇ ਹਾਲਾਤ ਲੰਘੇ, 1 ਸਾਲ ਦਾ ਸਮਾਂ ਲੰਘਿਆ, ਉਤਰਾਅ ਚੜ੍ਹਾਅ ਬਹੁਤ ਆਏ ਨੇ, ਜੇ ਮੌਸਮ ਦੀ ਮਾਰ ਕਹੀਏ, ਮੌਸਮ ਦੀਆਂ ਮਾਰਾਂ ਵੀ ਬਹੁਤ ਪਈਆਂ ਨੇ, ਕਿਵੇਂ ਲੱਗਿਆ ਇੱਥੇ ਰਹੇ ਹੋ ਤੁਸੀਂ ਵੀ ਲੰਬਾ ਸਮਾਂ? ਲੰਬਾ ਸਮਾਂ ਅਸੀਂ ਉਰੇ ਵੀ ਰਿਹਾ, ਪੰਜਾਬ 'ਚ ਵੀ ਡਿਊਟੀਆਂ ਕੀਤੀਆਂ ਨੇ, ਪਰ ਜਿਹੜੀ ਦਿੱਕਤ ਸਾਨੂੰ ਉਰੇ, ਨਾ ਕੋਈ ਖਾਣ ਦੀ ਆਈ ਹੈ ਅਤੇ ਨਾ ਸਾਨੂੰ ਪੈਣ ਦੀ ਆਈ ਹੈ, ਕਿਉਂਕਿ ਗਰਮੀ ਦੇ ਸੀਜ਼ਨ ਵੀ ਲੰਘਾਏ ਨੇ ਅਤੇ ਸਰਦੀ ਦੇ ਵੀ ਲੰਘਾਏ ਨੇ, ਕਿਉਂਕਿ ਜੇ ਤਾਂ ਅਸੀਂ ਕਾਰਪੋਰੇਟ ਘਰਾਣਿਆਂ ਦੀਆਂ ਔਰਤਾਂ ਹੁੰਦੀਆਂ, ਫਿਰ ਸਾਨੂੰ ਔਖਾ ਲੱਗਣਾ ਸੀ। ਅਸੀਂ ਤਾਂ ਕਿਰਤ ਕਰਨ ਵਾਲੇ ਕਿਸਾਨ ਪਰਿਵਾਰਾਂ ਦੇ ਵਿੱਚੋਂ ਸੀ, ਚਾਹੇ ਮੇਰਾ ਬੁਢਾਪਾ ਇੱਥੇ ਸੀ, ਚਾਹੇ ਸਾਡੀ ਜਵਾਨੀ ਇੱਥੇ ਸੀ, ਇਸ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਆਈ। ਸਭ ਤੋਂ ਵੱਡਾ ਯੋਗਦਾਨ ਸਾਨੂੰ ਹਰਿਆਣੇ ਵਾਲੇ ਵੀਰਾਂ ਦਾ ਰਿਹਾ, ਸਾਨੂੰ ਕਿਸੇ ਵੀ ਚੀਜ਼ ਦੀ ਤੋਟ ਨਹੀਂ ਉਹਨਾਂ ਨੇ ਆਉਣ ਦਿੱਤੀ, ਕਿਉਂਕਿ ਪੂਰੇ ਸਾਲ ਤੋਂ ਲੈ ਕੇ ਸਾਡਾ ਬਹੁਤ ਜ਼ਿਆਦਾ ਉਹਨਾਂ ਨੇ ਜਿਹੜਾ ਸਹਿਯੋਗ ਦਿੱਤਾ, ਹਰ ਇੱਕ ਚੀਜ਼ ਸਾਨੂੰ ਇੱਥੇ ਪਹੁੰਚਦੀ ਕੀਤੀ ਆ। ਜਾਨੀ ਕਿ ਹੌਸਲੇ ਬੁਲੰਦ ਪਹਿਲਾਂ ਵੀ ਸੀ ਅਤੇ ਹੌਸਲੇ ਬੁਲੰਦ ਹੁਣ ਵੀ ਨੇ, ਉਸ ਤੋਂ ਵੀ ਜ਼ਿਆਦਾ ਹੋ ਗਏ। ਜਿੱਤਦੇ ਐਲਾਨ ਸੁਣ ਕੇ ਉਸ ਤੋਂ ਵੀ ਜ਼ਿਆਦਾ ਹੋ ਗਏ, ਕਿਉਂਕਿ ਸਾਡੀ ਮਿਹਨਤ ਨੂੰ ਬੂਰ ਪਿਆ, ਸਾਡੀ ਬਰਕਤੀ, ਸਾਡੇ ਜਿਹੜੇ ਆਗੂ ਸੀਗੇ, ਜਿਵੇਂ ਸੂਬਾ ਕਮੇਟੀ ਸੀ, ਉਹ ਜ਼ਿਲ੍ਹੇ ਵਾਲਿਆਂ 'ਤੇ ਮਾਣ ਕਰਦੇ ਸੀ, ਜ਼ਿਲ੍ਹੇ ਵਾਲੇ ਬਲਾਕਾਂ 'ਤੇ, ਬਲਾਕਾਂ ਵਾਲੇ ਪਿੰਡ ਕਾਈ ਆਗੂ ਸਾਹਿਬਾਨਾਂ 'ਤੇ, ਤਾਂ ਸਾਡਾ ਜਦੋਂ BKU ਏਕਤਾ ਗ੍ਰਾਹਾਂ ਦਾ ਕੋਈ ਵੀ ਸੱਦਾ ਜਾਂਦਾ ਸੀ, ਤਾਂ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਫੁੱਲਾਂ ਚਾੜਦੇ ਸੀ, ਹਰੇਕ ਗੱਲ ਨੂੰ ਕਬੂਲ ਕਰਦੇ ਸੀ, ਤਾਂ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਮੇਰੀਆਂ ਬਹਾਦਰ ਮਾਵਾਂ ਅਤੇ ਭੈਣਾਂ ਪਹੁੰਚੀਆਂ ਨੇ। ਬਿਲਕੁਲ, ਜੇ ਜੋਸ਼ ਜਜ਼ਬੇ ਦੀ ਗੱਲ ਕਰੀਏ ਤਾਂ ਜੋਸ਼ ਜਜ਼ਬਾ ਨੌਜਵਾਨਾਂ 'ਚ ਬਹੁਤ ਜ਼ਿਆਦਾ ਰਿਹਾ ਕਿਸਾਨ ਅੰਦੋਲਨਾਂ 'ਚ। ਦੇਖਿਆ ਕਿ ਪਹਿਲਾਂ ਕਿਹਾ ਜਾਂਦਾ ਸੀ ਕਿ ਜੋ ਬਜ਼ੁਰਗ ਨੇ ਉਹੀ ਅੰਦੋਲਨ ਕਰਦੇ ਨੇ, ਕਿਸਾਨ ਯੂਨੀਅਨ ਜੋ ਧਰਨੇ ਲੱਗਦੇ ਨੇ ਉਹੀ ਕਰਦੇ ਨੇ, ਪਰ ਨੌਜਵਾਨ ਦੇਖਣ ਨੂੰ ਮਿਲਿਆ ਅਤੇ ਜੋਸ਼ ਜਜ਼ਬਾ ਬਹੁਤ ਇਸ ਅੰਦੋਲਨ ਨੇ ਬੁਲਾਰੇ ਪੈਦਾ ਕੀਤੇ ਨੇ, ਨਵੇਂ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਵੀ ਜੋਸ਼ ਪੈਦਾ ਕੀਤਾ। ਸੋ ਲਗਾਤਾਰ ਪ੍ਰਦਰਸ਼ਨ ਇਹ ਜੋ ਸਿਰੇ ਚੜ੍ਹਿਆ ਇਹਦੇ ਮੁੱਖ ਕਾਰਨ ਇਹ ਵੀ ਨੇ। ਸਾਡੇ ਨਾਲ ਹੋਰ ਵੀ, ਕੀ ਨਾਮ ਆ ਜੀ ਆਪਣਾ? ਮਨਦੀਪ ਕੌਰ ਦਾਨਗਲਾ। ਅਮਨਦੀਪ ਜੀ, ਕਿਵੇਂ ਦੇਖਦੇ ਹੋ ਪ੍ਰਦਰਸ਼ਨ, ਲੰਮੇ ਸਮੇਂ ਤੋਂ ਤੁਸੀਂ ਕਰਦੇ ਆ ਰਹੇ ਤੇ ਅੱਜ ਜੋਸ਼ ਜਜ਼ਬਾ ਕਿੰਨਾ ਕਿਸਾਨਾਂ 'ਚ?
ਜਿੰਨਾ ਪਹਿਲਾਂ ਸਾਡੇ 'ਚ ਸੀਗਾ ਕਿ ਸਾਨੂੰ ਆਸ ਸੀ ਕਿ ਹਾਂ ਅਸੀਂ ਕਾਨੂੰਨ ਰੱਦ ਕਰਾ ਕੇ ਜਾਵਾਂਗੇ, ਹੁਣ ਜਦੋਂ ਐਲਾਨ ਹੋਇਆ ਅਤੇ ਜਿਹੜਾ ਸੰਯੁਕਤ ਮੋਰਚੇ ਦਾ ਜਿਹੜਾ ਮਤਲਬ ਕਿ ਜਿਹੜੀਆਂ ਮੰਗਾਂ ਨੇ ਐੱਮ ਐੱਸ ਪੀ ਦੀ 220 ਐਕਟ ਹੈ ਜਿਹੜਾ ਬਿਜਲੀ ਦਾ, ਉਹ ਵੀ ਰੱਦ ਕਰਾ ਕੇ ਅਸੀਂ ਮਤਲਬ ਜੋ ਵੀ ਉਹਨਾਂ ਦਾ ਹੋਊਗਾ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਉਹਦੇ ਅਨੁਸਾਰ ਅਸੀਂ ਆਪਣਾ ਜਦੋਂ ਜਹਿਦ ਕਰਕੇ ਜਿਹੜਾ ਲੱਗੇ ਹੋਏ ਹਾਂ। ਅੱਜ ਇੱਕ ਸਾਲ ਪੂਰਾ ਹੋਣ 'ਤੇ ਅੰਦੋਲਨ ਦੇ ਜਿਹੜਾ ਲੱਖਾਂ ਦਾ ਇਕੱਠ ਹੈ ਜਿਹੜਾ ਅੱਜ ਇੱਥੇ ਪਹੁੰਚਿਆ ਹੋਇਆ। ਬਾਕੀ ਇਕੱਠ ਦੀ ਜੇ ਗੱਲ ਕਰੀਏ, ਜਿਵੇਂ ਪਿਛਲੇ 26 ਨਵੰਬਰ 2020 ਨੂੰ ਇੱਥੇ ਕਿਸਾਨ ਪੂਰੇ ਜੋਸ਼ ਨਾਲ ਆਏ ਸੀ, ਅੱਜ ਵੀ ਉਵੇਂ ਆ ਰਹੇ ਨੇ। ਹਾਂਜੀ ਹਾਂ, ਅੱਜ ਵੀ ਉਹੀ ਹੈ। 23 ਤੋਂ 24 ਤਰੀਕ ਤੋਂ ਜਿਹੜੇ ਹੈਗੇ ਨੇ ਲੋਕ, ਜਿਹੜੇ ਵੱਡੇ ਕਾਫਲੇ ਨੇ ਮਤਲਬ ਕਿ ਟਰਾਲੀਆਂ ਨੇ, ਹਰ ਪਿੰਡ ਦੀਆਂ 4-4, 5-5 ਟਰਾਲੀਆਂ ਨੇ ਜਿਹੜੀਆਂ ਭਰ ਭਰ ਕੇ ਉਰੇ ਆ ਰਹੀਆਂ ਨੇ। ਟਰੱਕ ਆਏ ਨੇ, ਬੱਸਾਂ ਆਈਆਂ ਨੇ, ਵੱਡੀਆਂ ਗੱਡੀਆਂ ਆਈਆਂ ਨੇ, ਮਤਲਬ ਜਿਵੇਂ ਮੋਟਰਸਾਈਕਲ, ਹਰ ਵਹੀਕਲ ਹੈ ਜਿਹੜਾ ਉਰੇ ਮੌਜੂਦ ਆਇਆ। ਜਿਹਦੇ ਕੋਲ ਜਿਵੇਂ ਵੀ ਸੈੱਟ ਹੋਇਆ ਉਵੇਂ ਇੱਦਾਂ ਮਤਲਬ ਇੱਥੇ ਪਹੁੰਚੇ, ਅਤੇ ਪਹਿਲਾਂ ਵੀ ਲੋਕ ਇੱਥੇ ਮੌਜੂਦ ਸੀਗੇ। ਬਿਲਕੁਲ ਜੀ, ਸੋ ਵੱਡੇ ਕਾਫਲੇ ਇੱਥੇ ਪਹੁੰਚੇ ਨੇ, ਚਾਹੇ ਟਰਾਲੀਆਂ ਦੀ ਗੱਲ ਕਰੀਏ ਜਾਂ ਵਹੀਕਲਾਂ ਦੀ ਗੱਲ ਕਰੀਏ, ਬੱਸਾਂ ਦੀ ਗੱਲ ਕਰੀਏ, ਟਰੱਕਾਂ ਦੀ ਗੱਲ ਕਰੀਏ, ਵੱਡੀ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚ ਰਹੇ ਨੇ ਅਤੇ ਲੱਖਾਂ ਦਾ ਇਕੱਠ ਟਿਕਰੀ ਬਾਰਡਰ 'ਤੇ ਹੋ ਰਿਹਾ। ਸਿੰਘੂ ਬਾਰਡਰ 'ਤੇ ਵੀ ਲੱਖਾਂ ਦਾ ਇਕੱਠ ਹੋਣੇ, ਜਿਨ ਕੇ ਪੂਰੇ ਜਿੰਨੇ ਬਾਰਡਰ ਨੇ ਕਿਸਾਨਾਂ 'ਚ ਪੂਰਾ ਜੋਸ਼ ਆ ਅਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ। ਭੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।